हेलो फ्रेंड्स वेलकम टू दिस चैनल ऑल इन वन फॉर यू फर्स्ट ऑफ ऑल सब्सक्राइब माय चैनल फॉर मोर इंग्लिश एंड पंजाबी शॉर्ट हैंड डिक्टेशंस टुडे आई एम गोइंग टू डिक्टेट टू 500 प्लस वर्ड्स ऑफ पंजाबी शॉर्ट हैंड डिक्टेशन विद 80 वर्ड पर मिनट स्पीड सो बी रेडी लेट्स स्टार्ट चाहे पंजाब दीया चौना ਤੋਂ ਕੁਝ ਹਫ਼ਤੇ ਪਹਿਲਾਂ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਾਰੇ ਗਏ ਛਾਪਿਆਂ ਵਿੱਚੋਂ ਬਦਲੇ ਦੀ ਭਾਵਨਾ ਨਜ਼ਰ ਆਉਂਦੀ ਹੈ ਅਤੇ ਅਜਿਹੇ ਦੋਸ਼ ਕਾਂਗਰਸ ਪਾਰਟੀ ਲਗਾਵੀ ਰਹੀ ਹੈ ਇਸ ਨੂੰ ਕੇਂਦਰ ਸਰਕਾਰ ਵੱਲੋਂ ਕਾਂਗਰਸ ਨੂੰ ਡਰਾਉਣ ਦੀ ਨੀਤੀ ਵੀ ਕਿਹਾ ਜਾ ਰਿਹਾ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਕਾਰਵਾਈ ਨੂੰ ਬਦਲੇ ਦੀ ਭਾਵਨਾ ਅਧੀਨ ਕੀਤੀ ਜਾ ਰਹੀ ਕਾਰਵਾਈ ਕਿਹਾ ਹੈ ਅਤੇ ਇਹ ਵੀ ਕਿਹਾ ਹੈ ਕਿ ਉਹ ਇਸ ਤੋਂ ਡਰਣ ਵਾਲੇ ਨਹੀਂ ਹਨ ਉੰਜ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ ਕੇਂਦਰ ਸਰਕਾਰ ਤੇ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਇਹ ਵੀ ਦੋਸ਼ ਲੱਗਦਾ ਰਿਹਾ ਹੈ ਕਿ ਉਹ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਸਾਖ ਖਰਾਬ ਕਰਨ ਜਾਂ ਉਹਨਾਂ ਤੇ ਦਬਾਅ ਪਾਉਣ ਲਈ ਕੇਂਦਰੀ ਏਜੰਸੀਆਂ ਦੀ ਦਰਵਰਤੋ ਕਰਕੇ ਅਜੇਹੀਆਂ ਕਾਰਵਾਈਆਂ ਕਰਵਾਉਂਦੀ ਹੈ ਪੱਛਮੀ ਬੰਗਾਲ ਵਿੱਚ ਅਤੇ ਕੁਝ ਹੋਰ ਰਾਜਾਂ ਦੀਆਂ ਚੋਣਾ ਸਮੇਂ ਦੌਰਾਨ ਵੀ ਅਜਿਹਾ ਕੁਝ ਹੀ ਹੋਇਆ ਸੀ ਪਰ ਇਸ ਸਬਦ ਦੇ ਬਾਵਜੂਦ ਪਿਛਲੇ ਦਿਨੀ ਪੰਜਾਬ ਵਿੱਚ ਜੋ ਕਟਨਾਕਰਮ ਵਾਪਰਿਆ ਹੈ ਅਤੇ ਵਾਪਰ ਰਿਹਾ ਹੈ ਉਸ ਨਾਲ ਕਾਂਗਰਸ ਬਚਾਅ ਦੀ ਨੀਤੀ ਤੇ ਆ ਗਈ ਜਾਪਦੀ ਹੈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਹਿਯੋਗੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ਤੇ ਲਿਆ ਹੋਇਆ ਹੈ ਪਾਰਟੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰਾਂ ਵਿੱਚੋਂ ਇੱਕ ਨਵਜੋਤ ਸਿੰਘ ਸਿੱਧੂ ਦੇਵੀ ਇਸੇ ਦਿਸ਼ਾ ਵਿੱਚ ਬਿਆਨ ਆਏ ਹਨ ਉਹਨਾਂ ਨੇ ਤਾਂ ਅਸਿੱਧੇ ਢੰਗ ਨਾਲ ਇਹ ਵੀ ਕਿਹਾ ਹੈ ਕਿ ਅਜਿਹੇ ਵਿਵਾਦਾਂ ਵਿੱਚ ਫਸੇ ਵਿਅਕਤੀ ਨੂੰ ਉੱਚ ਕੁਰਸੀ ਲਈ ਕਿਵੇਂ ਵਿਚਾਰਿਆ ਜਾ ਸਕਦਾ ਹੈ ਇਸ ਸੰਬੰਧੀ ਉਹਨਾਂ ਨੇ ਹਾਈ ਕਮਾਂਡ ਤੇ ਵੀ ਉਂਗਲ ਚੁੱਕੀ ਹੈ ਅਤੇ ਕਿਹਾ ਹੈ ਕਿ ਉਸ ਹਾਈ ਕਮਾਂਡ ਨੂੰ ਕਮਜ਼ੋਰ ਅਤੇ ਇਸ਼ਾਰਿਆਂ ਤੇ ਨੱਚਣ ਵਾਲਾ ਮੁੱਖ ਮੰਤਰੀ ਹੀ ਚਾਹੀਦਾ ਹੈ ਜਿੱਥੋਂ ਤੱਕ ਨਜਾਇਜ਼ ਰੇਤੇ ਦੀ ਖੁਦਾਈ ਦਾ ਮਸਲਾ ਹੈ ਇਸ ਦੀ ਚਰਚਾ ਅਕਾਲੀ ਭਾਜਪਾ ਗਠਜੋੜ ਸਰਕਾਰ ਸਮੇਂ ਵੀ ਹੁੰਦੀ ਰਹੀ ਹੈ ਉਸ ਸਮੇਂ ਸਰਕਾਰ ਦੀ ਇਸ ਪੱਖੋਂ ਸਖਤ ਆਲੋਚਨਾ ਵੀ ਹੁੰਦੀ ਰਹੀ ਸੀ ਉਸ ਸਰਕਾਰ ਦੇ ਬਣੇ ਅਜਿਹੇ ਪ੍ਰਭਾਵ ਕਰਕੇ ਹੀ ਅਕਾਲੀ ਭਾਜਪਾ ਗਠਜੋੜ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀ ਜਨਕ ਹਾਰ ਹੋਈ ਸੀ ਉਸ ਤੋਂ ਬਾਅਦ ਵੀ ਇਹ سلسلہ ਚੱਲਦਾ ਰਿਹਾ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਰੇਤ ਬਜਰੀ ਮਾਫੀਆ ਹਰ ਪੱਖੋਂ ਸਰਗਰਮ ਰਿਹਾਸੀ ਚਾਹੇ ਪਹਿਲਾ ਪਹਿਲ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧੀ ਕੁਝ ਬਿਆਨਬਾਜ਼ੀ ਵੀ ਕੀਤੀ ਸੀ ਅਤੇ ਕੁਝ ਕੇਸ ਵੀ ਦਰਜ ਕੀਤੇ ਗਏ ਸਨ ਇਸ ਧੰਦੇ ਨਾਲ ਸੰਬੰਧਿਤ ਕਈ ਦਰਜਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰ ਇਸ ਤੋਂ ਬਾਦ ਇਨਾਂ ਕੇਸਾਂ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਇਸ ਦਾ ਕਾਰਨ ਕੈਪਟਨ ਅਮਰਿੰਦਰ ਸਿੰਘ ਵੀ ਜਾਣਦੇ ਸਨ ਹੁਣ ਨਜਾਇਜ਼ ਰੇਤ ਦੀ ਖੁਦਾਈ ਦੇ ਜਿਸ ਕੇਸ ਦੀ ਵਧੇਰੇ ਚਰਚਾ ਹੋਈ ਹੈ ਉਹ ਮਾਰਚ 2018 ਵਿੱਚ ਦਰਜ ਕੀਤਾ ਗਿਆ ਸੀ ਜਦੋਂ ਮੁੱਖ ਮੰਤਰੀ ਹੁੰਦਿਆ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਤੋਂ ਸਤਲੁਜ ਦਰਿਆ ਦੇ ਕੰਢਿਆਂ ਤੇ ਨਜਾਇਜ਼ ਰੇਤੇ ਦੀ ਖੁਦਾਈ ਦੀਆਂ ਕਾਰਵਾਈਆਂ ਨੂੰ ਦੇਖਿਆ ਸੀ ਬਾਅਦ ਵਿੱਚ ਇਸ ਸੰਬੰਧੀ ਹੋਰ ਵੀ ਕਈ ਕੇਸ ਦਰਜ ਕੀਤੇ ਗਏ ਸਨ ਪਰ ਕੈਪਟਨ ਸਾਹਿਬ ਐਨਾ ਸੰਬੰਧੀ ਕਿਸੇ ਕਾਰਵਾਈ ਨੂੰ ਅੰਜਾਮ ਤੱਕ ਨਹੀਂ ਸੰਪੂਰਨ ਕਰ ਸਕੇ ਇਸੇ ਕਰਕੇ ਬਹੁਤ ਸਾਰੇ ਸਿਆਸਤਦਾਨਾਂ ਅਤੇ ਅਫਸਰਾਂ ਵੱਲੋਂ ਪੁਲਿਸ ਦੀ ਮਿਲੀ ਭੁਗਤ ਨਾਲ ਇਹ ਨਜਾਇਜ਼ਤੰਦਾ ਲਗਾਤਾਰ ਜਾਰੀ ਰੱਖਿਆ ਗਿਆ ਇਸ ਸੰਬੰਧੀ ਵਿਰੋਧੀ ਧਿਰਾਂ ਵੱਲੋਂ ਸਮੇਂ-ਸਮੇਂ ਅਵਾਜ਼ ਵੀ ਚੁੱਕੀ ਜਾਂਦੀ ਰਹੀ ਸੀ ਪਿਛਲੇ ਦਿਨੀ ਗੰਦੀਆਂ ਲਥੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦਿੱਤੇ ਸਨ ਕਿ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲ ਇਹਨਾਂ ਮਸਲਿਆਂ ਨੂੰ ਚੁੱਕਿਆ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਦੋਸ਼ੀਆਂ ਉੱਪਰ ਕਾਰਵਾਈ ਨਾ ਕਰਨਾ ਉਨ੍ਹਾਂ ਦੀ ਬਹੁਤ ਵੱਡੀ ਭੁੱਲ ਸੀ। 4 ਸਾਲ ਪਹਿਲਾਂ ਦਰਜ ਹੋਏ ਕੇਸ ਦੇ ਆਧਾਰ ਤੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਅਤੇ ਉਸ ਦੇ ਕਈ ਹੋਰ ਸਾਥੀ ਜਦ ਵੀ ਵਿੱਚ ਹਨ ਖਬਰਾਂ ਅਨੁਸਾਰ ਘਟੋ ਘਟ 13 ਵਿਧਾਇਕ ਅਤੇ 27 ਅਫਸਰਾਂ ਦੇ ਨਾ ਰੇਤ mafias ਨਾਲ ਜੁੜੇ ਕਾਲੇ ਤੰਦੇ ਵਿੱਚ ਸ਼ਾਮਿਲ ਪਾਏ ਗਏ ਹਨ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਘਰੋਂ ਅਤੇ ਉਸ ਨਾਲ ਸੰਬੰਧਿਤ ਹੋਰ ਕੋਈ ਥਾਵਾਂ ਤੇ ਮਾਰੇ ਗਏ ਛਾਪਿਆਂ ਤਹਿਤ 10 ਕਰੋੜ ਦੀ ਰਕਮ ਦੇ ਨਾਲ ਨਾਲ ਹੋਰ ਬਹੁਤ ਸਾਰੇ ਦਸਤਾਵੇਜ਼ ਮਿਲੇ ਸਨ ਇਸ ਕਾਰਨ ਇਹ ਕੇਸ ਹੋਰ ਵੀ ਉਲਝ ਗਿਆ ਹੈ ਜਿਸ ਕਰਕੇ ਪਹਿਲਾਂ ਹੀ ਡੱਕੋ ਡੋਲੇ ਖਾ ਰਹੀ ਪੰਜਾਬ ਕਾਂਗਰਸ ਦਾ ਸੰਕਟ ਹੋਰ ਵੀ ਗੰਭੀਰ ਹੋ ਗਿਆ ਹੈ ਜਿਸ ਤੋਂ ਬਰੀ ਹੋ ਕੇ ਨਿਕਲ ਸਕਣਾ ਉਸ ਲਈ ਬੇहद ਮੁਸ਼ਕਲ ਜਾਪਦਾ ਹੈ